ओम शांति ਅੱਜ ਸੰ 28 2022 ਦੇ ਸਾਕਾਰ ਬਾਪਦਾਦਾ ਜੀ ਦੇ ਮਹਾਵਾਕ ਅੱਜ ਬਾਪਦਾਦਾ ਜੀ ਨੇ ਆਖਿਆ ਮਿੱਠੇ ਬੱਚੇ ਪੜਾਈ ਦਾ ਸਿਮਰਨ ਕਰਦੇ ਰਹੋ ਤਾਂ ਕਦੇ ਵੀ ਕਿਸੇ ਵੀ ਗੱਲ ਵਿੱਚ ਮੁੰਝੋਗੇ ਨਹੀਂ ਸਦਾ ਨਸ਼ਾ ਰਵੇ ਕਿ ਅਸੀਂ ਭਗਵਾਨ ਕੋਲੋਂ ਪੜ ਰਹੇ ਹਾਂ ਸਾਨੂੰ ਪੜਾਉਣ ਵਾਲਾ ਸੋ ਐ ਨੀਰਾਕਾਰ ਭਗਵਾਨ ਸਣ ਪ੍ਰਸ਼ਨ ਹੈਗਾ ਕਿਹੜੇ ਗਿਆਨ ਰਤਨਾ ਦਾ ਅવિਨਾਸ਼ੀ ਨਸ਼ਾ ਕਿਹੜੇ ਬੱਚਿਆਂ ਨੂੰ ਰਹਿ ਸਕਦਾ ਏ ਉੱਤਰ ਹੈਗਾ ਜਿਹੜੇ ਗਰੀਬ ਬੱਚੇ ਸਨ ਗਰੀਬ ਬੱਚੇ ਹੀ ਬਾਪ ਦੁਆਰਾ ਪਦਮਾ ਪਦਮਪਤੀ ਬਣਦੇ ਸਨ ਉਹ ਮਾਲਾ ਵਿੱਚ ਪਿਰੋਏ ਜਾ ਸਕਦੇ ਸਨ ਸਾਹੂਕਾਰਾਂ ਨੂੰ ਤਾਂ ਆਪਣੇ ਵਿਨਾਸ਼ੀ ਦੰਦ ਦਾ ਨਸ਼ਾ ਰਹਿੰਦਾ ਏ ਬਾਬਾ ਨੂੰ ਇਸ ਸਮਾਂ ਕਰੋੜਪਤੀ ਬੱਚੇ ਨਹੀਂ ਚਾਹੀਦੇ ਗਰੀਬ ਬੱਚਿਆਂ ਦੀ ਪਾਈ ਪਾਈ ਤੋਹੀ ਸਵਰਗ ਦੀ ਸਥਾਪਨਾ ਹੁੰਦੀ ਸਣ ਕਿਉਂਕਿ ਗਰੀਬਾਂ ਨੂੰ ਹੀ ਸ਼ਾਹੂਕਾਰ ਬਣਨਾਏ ਅੱਜ ਦਾ ਗੀਤ ਹੈਗਾ ਇਸ ਪਾਪ ਦੀ ਦੁਨੀਆ ਤੋਂ ਸਾਨੂੰ ਦੂਰ ਲੈ ਚੱਲ ਓਮ ਸ਼ਾਂਤੀ ਮਿੱਠੇ ਮਿੱਠੇ ਬਾਪ ਦਾਦਾ ਦੇ ਬੱਚੇ ਜਾਣਦੇ ਸਨ ਅਸੀਂ ਹੁਣ ਐਹੋ ਜੀ ਜਗ੍ਹਾ ਤੇ ਜਾ ਰਹੇ ਹਾਂ ਜਿੱਥੇ ਦੁੱਖ ਦਾ ਨਾਂ ਨਿਸ਼ਾਨ ਵੀ ਨਹੀਂ ਹੋਵੇਗਾ ਜਿਸ ਦਾ ਨਾਂ ਹੀ ਹੈਗਾ ਸੁਖधाम ਅਸੀਂ ਉਸ ਸੁਖधाम ਅਤੇ ਸਵਰਗ ਦੇ ਮਾਲਿਕ ਸਣ ਸੁਖधाम ਵਿੱਚ ਸਤਿਉਗਹੀ ਹੁੰਦਾ ਏ ਦੇਵੀ ਦੇਵਤਾਵਾਂ ਦਾ ਰਾਜ ਹੁੰਦਾ ਏ ਹੁਣ ਤਾਂ ਤੁਸੀਂ ਬ੍ਰਾਹਮਣ ਬਣੇ ਹੋ ਤਾਂ ਤੁਸੀਂ ਹੋ ਗਏ ਬ੍ਰਹਮਾ ਮੁਖ ਵੰਸ਼ਾਵਲੀ ਤੁਸੀਂ ਲਿਖਦੇ ਵੀ ਹੋ ਸ਼ਿਵ ਬਾਬਾ ਕੇ ਰੋਫ ਬ੍ਰਹਮਾ ਕੁਮਾਰੀਜ਼ ਇਹ ਤਾਂ ਤੁਸੀਂ ਹੁਣ ਜਾਣਦੇ ਹੋ ਸਾਡੀ ਚੜਦੀ ਕਲਾ ਹੋ ਰਹੀ ਏ ਚੜਦੀ ਕਲਾ ਅਤੇ ਉਤਰਦੀ ਕਲਾ ਨੂੰ ਤੁਸੀਂ ਬੱਚੇ ਹੀ ਚੰਗੀ ਤਰ੍ਹਾਂ ਜਾਣਦੇ ਹੋ ਬਰੋਬਰ ਹੁਣ ਸਾਡੀ ਚੜਦੀ ਕਲਾ ਹੈ ਚੜਦੀ ਕਲਾ ਅਤੇ ਉਤਰਤੀ ਕਲਾ ਨੂੰ ਤੁਸੀਂ ਬੱਚੇ ਚੰਗੀ ਤਰ੍ਹਾਂ ਜਾਂ ਸਮਝ ਚੁੱਕੇ ਹੋ ਤੁਸੀਂ ਹੁਣ ਸਮਝਦੇ ਹੋ ਭਾਰਤ ਜਦੋਂ ਚੜਦੀ ਕਲਾ ਵਿੱਚ ਸੀ ਤਾਂ ਅਸੀਂ ਦੇਵੀ ਦੇਵਤਾ ਸੀ ਜਦੋਂ ਉਤਰਤੀ ਕਲਾ ਵਿੱਚ ਹੁੰਨੇ ਹਾਂ ਤਾਂ ਦੇਵੀ ਦੇਵਤਾਵਾਂ ਦੀ ਪੂਜਾ ਕਰਨ ਲੱਗ ਪੈਨੇ ਆ ਹੁਣ ਤਾਂ ਸਾਰੇ ਮਨੁੱਖ ਆਪਣੇ ਨੂੰ ਪਾਪੀ ਅਤੇ ਨੀਂਚ ਸਮਝਦੇ ਸਨ ਮੰਦਰਾਂ ਵਿੱਚ ਜਾ ਕੇ ਦੇਵੀ ਦੇਵਤਾਵਾਂ ਦੇ ਅੱਗੇ ਮੱਥਾ ਟੇਕਦੇ ਸਨ ਸਮਝਦੇ ਸਨ ਇਹ ਹੋ ਕੇ ਗਏ ਨੇ ਪਰ ਕਦੋਂ ਹੋ ਕੇ ਗਏ ਨੇ ਇਹ ਨਹੀਂ ਜਾਣਦੇ ਤੁਸੀਂ ਕਿਸ ਨੂੰ ਵੀ ਸਮਝਾ ਸਕਦੇ ਹੋ ਕਿ ਕ੍ਰਾਈਸਟ ਸੋ 3000 ਵਰਿਆਂ ਪਹਿਲੇ ਭਾਰਤ ਸਵਰਗ ਸੀ ਤੁਸੀਂ ਬੱਚੇ ਸਮਝ ਗਏ ਹੋ ਚੱਕਰ ਨੂੰ ਤਾਂ ਫਿਰਨਾ ਹੀ ਪੈਂਦਾ ਏ ਪਤਿਤ ਦੁਨੀਆ ਨੂੰ ਪਾਵਨ ਬਣਨਾ ਹੀ ਹੈਗਾ ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਹੈਗਾ ਸਾਨੂੰ ਬਾਪ ਦੁਆਰਾ ਮਨੁੱਖ ਤੋਂ ਦੇਵਤਾ ਬਣਨ ਦੀ ਪੜ੍ਹਾਈ ਅਸੀਂ ਪੜ੍ਹ ਕੇ ਦੇਵਤਾ ਬਣ ਰਹੇ ਹਾਂ ਬਾਪ ਸਾਨੂੰ ਪੜ੍ਹਾਉਂਦੇ ਸਣ ਇਹ ਨਸ਼ਾ ਚੜਿਆ ਰਹਿਣਾ ਚਾਹੀਦਾ ਏ ਗਾਇਆ ਵੀ ਜਾਂਦਾ ਏ ਭਗਵਾਨੋਂ ਵਾਚ ਮੈਂ ਤੁਹਾਨੂੰ ਰਾਜਯੋਗ ਸਿਖਾਨਾ ਸਿਰਫ ਇਹ ਪੂਲ ਕਰ ਦਿੱਤੀ ਏ ਜਿਹੜਾ ਬਾਪ ਦੇ ਬਦਲੇ ਬੱਚਿਆਂ ਦਾ ਨਾਂ ਪਾ ਦਿੱਤਾ ਏ ਐਸ ਪੁੱਲ ਨੂੰ ਤੁਸੀਂ ਬੱਚੇ ਸਮਝਦੇ ਹੋ ਔਰ ਕੋਈ ਨਹੀਂ ਸਮਝਦੇ ਹੁਣ ਤੁਸੀਂ ਬੱਚਿਆਂ ਦੀ ਬੁੱਧੀ ਵਿੱਚ ਆਇਆ ਏ ਕਿ ਅਸੀਂ ਫਿਰ ਤੋਂ ਆਪਣੇ ਸ਼ਾਂਤੀ ਧਾਮ ਤੋਂ ਸੁਖ ਧਾਮ ਜਾਣ ਦੇ ਲਈ ਪਾਵਨ ਬਣ ਰਹੇ ਸਨ ਗਾਂਦੇ ਵੀਸਣ ਪਤਿਤ ਪਾਵਨ ਆਓ ਪਤਿਤ ਪਾਵਨ ਤਾਂ ਗੋਡ ਫਾਦਰ ਹੀ ਠਹਿਰਿਆ ਕ੍ਰਿਸ਼ਨ ਨੂੰ ਤਾਂ ਕਹਿ ਹੀ ਨਹੀਂ ਸਕਦੇ ਇਹ ਬੁੱਧੀ ਵਿੱਚ ਸਿਮਰਨ ਕਰਨ ਦੀਆਂ ਗੱਲਾਂ ਸਨ ਸਕੂਲ ਵਿੱਚ ਬੱਚਿਆਂ ਦੀ ਬੁੱਧੀ ਵਿੱਚ ਪੜ੍ਹਾਈ ਦਾ ਸਿਮਰਨ ਚੱਲਦਾ ਰਹਿੰਦਾ ਏ ਤੁਸੀਂ ਵੀ ਹੁਣ ਜੇਕਰ ਇਹ ਸਿਮਰਨ ਕਰਦੇ ਰਹੋਗੇ ਤਾਂ ਕਦੇ ਵੀ ਮੁੰਝੋਗੇ ਨਹੀਂ ਤੁਸੀਂ ਜਾਣਦੇ ਹੋ ਹੁਣ ਸਾਡੀ ਚੜ੍ਹਦੀ ਕਲਾ ਹੋ ਰਹੀ ਏ ਸੈਕਿੰਡ ਵਿੱਚ ਜੀਵਨ ਮੁਕਤੀ ਵੀ ਗਾਈ ਜਾਂਦੀ ਏ ਬੱਚਾ ਪੈਦਾ ਹੁੰਦਾ ਏ ਤੇ ਵਰਸੇ ਦਾ ਹੱਕਦਾਰ ਬਣ ਜਾਂਦਾ ਏ ਪਰੰਤੂ ਉਹ ਕੋਈ ਜੀਵਨ ਮੁਕਤੀ ਦਾ ਵਰਸਾ ਨਹੀਂ ਪਾਉਂਦੇ ਇੱਥੇ ਤੁਹਾਨੂੰ ਜੀਵਨ ਮੁਕਤੀ ਦਾ ਰਾਜ ਭਾਗ ਮਿਲਦਾ ਏ। ਬਾਪ ਬਾਪ ਤੋਂ ਮਿਲਣ ਤੋਂ ਹੀ ਸਾਨੂੰ ਇਹ ਵਿਰਾਜ ਭਾਗ ਮਿਲਦਾ ਏ। ਹੁਣ ਤੁਸੀਂ ਜਾਣਦੇ ਹੋ ਬੇਹਤ ਦੇ ਬਾਪ ਕੋਲੋਂ ਅਸੀਂ ਬੇਹਤ ਦਾ ਵਰਸਾ ਲੈਣ ਆਏ ਹਾਂ। ਅਸੀਂ ਬੇਹਤ ਦੇ ਬਾਪ ਨੂੰ ਫੇਰ ਤੋਂ ਮਿਲ ਰਹੇ ਹਾਂ। ਹੁਣ ਤੁਹਾਡੀ ਸ਼੍ਰੀਮਤ ਤੇ ਹੁਣ ਬਾਪ ਨੂੰ ਆਖਦੇ ਹਾਂ ਅਸੀਂ ਤੁਹਾਡੀ ਸ਼੍ਰੀਮਤ ਤੇ ਚੱਲ ਕੇ ਵਰਸਾ ਵੀ ਜ਼ਰੂਰ ਪਾਵਾਂਗੇ। ਭਗਤੀ ਮਾਰਗ ਵਿੱਚ ਕਿਸ ਨਾ ਕਿਸ ਨੂੰ ਯਾਦ ਤਾਂ ਕਰਦੇ ਹੀ ਰਹਿੰਦੇ ਸਨ ਚਿੱਤਰ ਵੀ ਸਬਦੇ ਸਬਦੇ ਮੌਜੂਦ ਸਨ ਚਿੱਤਰ ਵੀ ਕਿੰਨੇ ਪੂਜੇ ਜਾਂਦੇ ਸਨ ਇਹ ਵੀ ਰਾਜ ਬਾਪ ਹੀ ਆ ਕੇ ਸਮਝਾਉਂਦੇ ਸਨ ਐਨ ਗੱਲਾਂ ਨੂੰ ਕੋਟਾਂ ਵਿੱਚ ਕੋਈ ਹੀ ਚੰਗੀ ਤਰ੍ਹਾਂ ਸਮਝ ਸਕਦੇ ਸਨ ਅਤੇ ਨਿਸ਼ਚੈ ਵੀ ਕਰ ਸਕਦੇ ਸਨ ਫੇਰ ਕੋਈ ਫੇਰ ਕੋਈ ਸੰਸ਼ਯ ਵੀ ਉਠਾਉਂਦੇ ਸਨ ਕੋਈ ਨੂੰ ਸੰਚੈ ਨਾ ਆਵੇ ਐਸ ਲਈ ਪਹਿਲੇ ਸੰਬੰਧ ਦੀ ਗੱਲਾਂ ਦਸਣੀਆਂ ਚਾਹੀਦੀਆਂ ਨੇ ਗੀਤਾ ਵਿੱਚ ਵੀ ਸਣ ਅਰਜੁਨ ਨੂੰ ਭਗਵਾਨ ਨੇ ਬੈ ਸਮਝਾਇਆ ਸੀ ਹੁਣ ਘੋੜੇ ਗਾੜੀ ਦੇ ਉੱਤੇ ਬਹਿ ਕੇ ਥੋੜੀ ਸੀ ਖਾਣਗੇ ਇਹ ਤਾਂ ਹੋ ਹੀ ਨਹੀਂ ਸਕਦਾ ਐਵੇਂ ਥੋੜੇ ਹੀ ਬੈਠ ਰਾਜਯੋਗ ਸਿਖਾਉਂਦੇ ਸਨ ਹੁਣ ਇਹ ਹੋ ਗਈਆਂ ਝੂਠ ਗੱਲਾਂ ਵਿਖਾਂਦੇ ਸਨ ਵਿਸ਼ਨੂ ਦੀ ਨਾਭੀ ਤੋਂ ਬ੍ਰਹਮਾ ਨਿਕਲਿਆ ਫਿਰ ਬ੍ਰਹਮਾ ਦੇ ਹੱਥ ਵਿੱਚ ਸ਼ਾਸਤਰ ਵੀ ਖਾਂਦੇ ਸਨ ਸੂਖਸ਼ਮ ਵੇਤਨ ਵਿੱਚ ਤਾਂ ਇਹੋ ਜੀਆਂ ਗੱਲਾਂ ਹੋ ਨਹੀਂ ਸਕਦੀਆਂ ਤਾਂ ਇੱਥੇ ਹੀ ਆ ਕੇ ਬਾਪ ਸਾਰ ਸਮਝਾਉਂਦੇ ਸਨ ਐਵੇਂ ਐਵੇਂ ਚਿੱਤਰਾਂ ਤੇ ਤੁਸੀਂ ਸਮਝਾ ਸਕਦੇ ਹੋ ਬ੍ਰਹਮਾ ਮੁਖ ਦੁਆਰਾ ਹੀ ਬਾਪ ਆ ਕੇ ਸਮਝਾਉਂਦੇ ਸਨ ਉੱਥੇ ਤਾਂ ਹੈ ਹੀ ਬ੍ਰਹਮਾ ਵਿਸ਼ਨੂੰ ਸ਼ੰਕਰ ਸ਼ਾਸਤਰਾਂ ਦਾ ਸਾਰ ਹੋਰ ਕਿਵੇਂ ਸਮਝਾਣਗੇ ਤੁਸੀਂ ਜਾਣਦੇ ਹੋ ਭਗਤੀ ਮਾਰਗ ਦੇ ਕਰਮ ਕਾਂਡ ਸਨ ਸਤਿਯੁਗ ਤ੍ਰੇਤਾ ਵਿੱਚ ਐ ਭਗਤੀ ਮਾਰਗ ਹੋ ਨਹੀਂ ਸਕਦਾ ਉੱਥੇ ਤੇ ਹੈ ਸੰ ਦੇਵ ਦੇਵ ਦੇਵਤਾਵਾਂ ਦੀਆਂ ਰਾਜਧਾਨੀਆਂ ਭਗਤੀ ਕਿੱਥੋਂ ਆ ਸਕਦੀ ਏ ਐ ਭਗਤੀ ਤੋਂ ਬਾਅਦ ਹੀ ਹੁੰਦੇ ਨੇ ਤੁਸੀਂ ਬੱਚੇ ਜਾਣਦੇ ਹੋ ਨਿਸ਼ਚੈ ਹੋ ਵਿੱਚ ਹੀ ਵਿਜੈ ਹੁੰਦੇ ਹਾਂ ਬਾਪ ਵਿੱਚ ਨਿਸ਼ਚੈ ਰੱਖਾਂਗੇ ਤਾਂ ਜ਼ਰੂਰ ਬਾਦਸ਼ਾਹੀ ਮਿਲੇਗੀ ਐ ਤੁਸੀਂ ਬੱਚੇ ਹੀ ਸਮਝਦੇ ਹੋ ਬਾਪ ਬਹਿ ਸਮਝਾਂਦੇ ਸਣ ਮੈਂ ਸਵਰਗ ਦੀ ਸਥਾਪਨਾ ਕਰਨ ਵਾਲਾ ਪਤਿਤਾਂ ਨੂੰ ਪਾਵਨ ਬਣਾਉਣ ਵਾਲਾ ਹਾਂ ਦੁਨੀਆਂ ਵਿੱਚ ਤੇ ਸ਼ਿਵ ਨੂੰ ਕਦੇ ਗੋਰਾ ਸਾਵਰਾ ਨਹੀਂ ਆਖਾਂਗੇ। ਕ੍ਰਿਸ਼ਨ ਨੂੰ ਹੀ ਗੋਰਾ ਸਾਵਰਾ ਸ਼ਾਮ ਸੁੰਦਰ ਆਖਦੇ ਸਨ। ਐ ਵੀ ਬੱਚੇ ਸਮਝਦੇ ਸਨ। ਸ਼ਿਵ ਤੇ ਚੱਕਰ ਵਿੱਚ ਆਂਦਾ ਨਹੀਂ। ਉਹਨਾਂ ਨੂੰ ਗੋਰਾ ਤੇ ਸਾਵਰਾ ਵਿਖਾ ਦਿੰਦੇ ਸਨ। ਬਾਪ ਸਮਝਾਉਂਦੇ ਸਨ, "ਤੁਸੀਂ ਬੱਚੇ ਹੁਣ ਚੜ੍ਹਦੀ ਕਲਾ ਵਿੱਚ ਹੋ। ਸਾਵਰੇ ਤੋਂ ਗੋਰਾ ਬਣਦੇ ਹੋ। ਭਾਰਤ ਗੋਰਾ ਸੀ। ਹੁਣ ਕਾਲਾ ਕਿਉਂ ਬਣ ਪਿਆ ਏ? ਕੰਮ ਚਿਤਾ ਤੇ ਬਹਿਣ ਕਾਰਨ ਕਾਲਾ ਹੀ ਬਣ ਪਏ ਨੇ।" ਐ ਵੀ ਗਾਇਨ ਹੈਗਾ। ਸਾਗਰ ਦੇ ਬੱਚਿਆਂ ਨੂੰ ਕੰਮ ਨੇ ਜਲਾ ਕੇ ਭਸਮ ਕਰ ਦਿੱਤਾ ਸੀ ਫਿਰ ਬਾਪ ਆ ਕੇ ਗਿਆਨ ਗੰਗਾ ਲਿਆ ਕੇ ਗਿਆਨ ਚਿਤਾ ਤੇ ਬਿਠਾਉਂਦੇ ਸਨ ਜਿਸ ਤੋਂ ਵਰਸ਼ਾ ਹੁੰਦੀ ਸਨ ਫਿਰ ਸਾਰਿਆਂ ਤੇ ਜੀਵਿਤ ਕਰ ਦਿੰਦੇ ਸਨ ਐ ਵੀ ਸਮਝਦੇ ਸਨ ਐ ਵੀ ਸਤ ਦਾ ਸੰਗ ਹੈਗਾ ਪਰਮ ਪਿਤਾ ਪਰਮਾਤਮਾ ਜਿਹੜੇ ਸਵਰਗ ਦੀ ਸਥਾਪਨਾ ਕਰਨ ਵਾਲੇ ਸਨ ਉਹਨਾਂ ਨੂੰ ਅਮਰਨਾਥ ਵੀ ਆਖਦੇ ਸਨ ਜ਼ਰੂਰ ਇੱਥੇ ਬੱਚੇ ਹੀ ਵੈ ਸਮਝਣਗੇ ਪਾੜ ਤੇ ਫਿਰ ਇੱਕ પાર્ਵਤੀ ਨੂੰ ਬਹਿ ਸਮਝਾਣਗੇ ਕਿ ਉਹਨਾਂ ਨੂੰ ਹੀ ਸਾਰੀ ਪਤਿਤ ਦੁਨੀਆ ਨੂੰ ਪਾਵਨ ਬਣਾਉਣਾ ਪੈਂਦਾ ਏ ਇੱਕ ਦੀ ਗੱਲ ਨਹੀਂ ਹੈਗੀ ਤੁਸੀਂ ਜਾਣਦੇ ਹੋ ਅਸੀਂ ਪਾਵਨ ਦੁਨੀਆ ਦੇ ਮਾਲਕ ਸਣ ਅਸੀਂ ਫੇਰ ਤੋਂ ਬਣਾਂਗੇ ਤੁਸੀਂ ਬੱਚੇ ਹੁਣ ਜਾਣਦੇ ਹੋ ਅਸੀਂ ਸਵਰਗ ਦੇ ਮਾਲਕ ਸਣ ਹੁਣ ਕੰਗਾਲ ਬਣ ਪਏ ਆ ਹੁਣ ਬਾਪ ਆਏ ਸਣ 84 ਦਾ ਚੱਕਰ ਤਾਂ ਜ਼ਰੂਰ ਲਗਾਣਾ ਹੀ ਪੈਣਾ ਹੈ ਪੁਨਰ ਜਨਮ ਵੀ ਸਿੱਧ ਕਰਕੇ ਹੀ ਸਭ ਨੂੰ ਦੱਸਣੇ ਪੈਣਗੇ ਤੁਸੀਂ ਸਿਕਿਲ ਦੇ ਬੱਚੇ ਹੀ 84 ਜਨਮਾਂ ਦੇ ਚੱਕਰ ਵਿੱਚ ਆੰਨੇ ਹੋ ਐ ਵੀ ਤੁਸੀਂ ਜਾਣਦੇ ਹੋ ਔਰ ਕੋਈ ਨੂੰ ਵੀ ਇਹ ਗੱਲਾਂ ਨਹੀਂ ਹੋ ਪਤਾ ਨਾ ਉਹ ਜਾਣਦੇ ਸਨ ਤੁਸੀਂ ਜਾਣਦੇ ਹੋ ਹੁਣ ਚੱਕਰ ਪੂਰਾ ਹੁੰਦਾ ਏ ਹੁਣ ਅਸੀਂ ਵਾਪਸ ਘਰ ਜਾਣਾ ਏ ਪੜਾਈ ਨੂੰ ਦੁਹਰਾਣਾ ਏ ਚਿੱਤਰ ਰੱਖ ਰੱਖੇ ਹੋਣਗੇ ਤੇ ਵੇਖ ਕੇ ਚੱਕਰ ਯਾਦ ਆਵੇਗਾ ਗੀਤ ਵੀ ਕੋਈ ਕੋਈ ਬਹੁਤ ਚੰਗੇ ਸਨ ਸੁਣਨ ਵਿੱਚ ਫਿਰ ਨਸ਼ਾ ਚੜ ਜਾਂਦਾ ਏ ਤੁਸੀਂ ਹੁਣ ਬੱਚੇ ਸ਼ਿ巴巴 ਦੇ ਬਣੇ ਹੋ ਵਰਸਾ ਤੁਹਾਨੂੰ ਨੀਰਾਕਾਰ ਤੋਂ ਮਿਲ ਰਿਹਾ ਏ ਸਾਕਾਰ ਦੁਆਰਾ ਹੀ ਤੁਹਾਨੂੰ ਵਰਸਾ ਮਿਲੇਗਾ ਨੀਰਾਕਾਰ ਕਿਵੇਂ ਵਰਸਾ ਦੇ ਸਕਦੇ ਸਨ ਤਾਂ ਆਖਦੇ ਸਨ ਮੈਂ ਇਹਨਾਂ ਦੇ ਬਹੁਤ ਜਨਮਾਂ ਦੇ ਅੰਤ ਵਿੱਚ ਪ੍ਰਵੇਸ਼ ਕਰਦਾ ਹਾਂ ਪ੍ਰਜਾ ਪਿਤਾ ਵੀ ਇੱਥੇ ਹੀ ਚਾਹੀਦਾ ਏ ਬ੍ਰਹਮਾ ਦਾ ਨਾਮ ਮਸ਼ੂਰੇ ਬ੍ਰਹਮ ਮੁਖ ਵੰਚਾਵਲੀ ਬੱਚਿਆਂ ਨੂੰ ਬਾਜੋਲੀ ਵੀ ਸਮਝਾਈ ਜਾਂਦੀ ਏ ਅਸੀਂ ਹੁਣ ਬ੍ਰਾਹਮਣ ਹਾਂ ਫਿਰ ਦੇਵਤਾ ਬਣਾਂਗੇ ਚੋਟੀ ਵੇਖਣ ਵਿੱਚ ਆਂਦੀ ਏ ਉੱਪਰ ਹੈਗਾ ਸ਼ਿਵ巴巴 ਸਟਾਰ ਕਿੰਨੀ ਸੁਕਸ਼ਮ ਗੱਲਾਂ ਸਨ ਇੰਨਾ ਵੱਡਾ ਲਿੰਗ ਨਹੀਂ ਹੈਗਾ ਐ ਤਾਂ ਪੂਜਾ ਦੇ ਲਈ ਬਣਾਇਆ ਹੋਇਆ ਏ ਰੁੱਧ ਰਈਆ ਗਰਚਦੇ ਸਨ ਤਾਂ ਇੱਕ ਵੱਡਾ ਸ਼ਿਵਲਿੰਗ ਅਤੇ ਛੋਟੇ-ਛੋਟੇ ਸ਼ਾਲੀਗ੍ਰਾਮ ਬਣਾਉਂਦੇ ਸਨ ਸ਼ਾਹੂਕਾਰ ਲੋਕ ਵੀ ਬਹੁਤ ਬਣਾਉਂਦੇ ਸਨ ਐ ਸਭ ਭਗਤੀ ਮਾਰਗ ਤੋਂ ਸ਼ੁਰੂ ਹੁੰਦੇ ਨੇ ਪਹਿਲਾ ਹੁੰਦੀ ਏ 16 ਕਲਾ ਫਿਰ ਹੁੰਦੇ ਨੇ 14 ਕਲਾ ਫਿਰ ਧੀਰੇ ਧੀਰੇ ਕਲਾਵਾਂ ਘਟ ਹੁੰਦੀਆਂ ਜਾਂਦੀਆਂ ਨੇ ਘਟ ਹੁੰਦੀਆਂ ਹੁੰਦੀਆਂ ਹੁਣ ਕੋਈ ਕਲਾ ਨਹੀਂ ਰਹੀ ਇਹ ਗੱਲਾਂ ਸਾਰੀਆਂ ਬਾਪ ਹੀ ਵੈ ਸਮਝਾਉਂਦੇ ਸਨ ਬਾਪ ਹੋਰ ਕੋਈ ਤਕਲੀਫ ਨਹੀਂ ਦਿੰਦੇ ਨੋਟ ਕਰਦੇ ਚਾਓ ਪਤਿਆਂ ਦੇ ਪਤੀ ਨੂੰ ਕਿੰਨਾ ਟਾਈਮ ਯਾਦ ਕੀਤਾ ਅਵਿਆ ਵਿਚਾਰੀ ਸਗਾਈ ਚਾਹੀਦੀ ਏ ਮਿੱਤਰ ਸੰਬੰਧੀ ਆਦੀ ਸਾਰੇ ਭੁੱਲ ਜਾਣ ਚਾਹੀਏ ਦੇ ਨੇ ਇੱਕ ਤੋਂ ਹੀ ਪ੍ਰੀਤ ਰੱਖਣੀ ਹੈ ਇਸ ਵਿਸ਼ਯ ਸਾਗਰ ਤੋਂ ਸ਼ੀਰ ਸਾਗਰ ਵਿੱਚ ਜਾਣਾ ਹੈ ਆਤਮਾਵਾਂ ਦੀ ਬੈਠਕ ਤਾਂ ਬ੍ਰਹਮ ਤੱਤਵ ਵਿੱਚ ਹੀ ਹੁੰਦੀ ਹੈ ਸ਼ੀਰ ਸਾਗਰ ਵਿੱਚ ਵਿਸ਼ਨੂੰ ਨੂੰ ਹੀ ਵਿਖਾਂਦੇ ਸਨ ਬ੍ਰਹਮਾ ਅਤੇ ਵਿਸ਼ਨੂੰ ਬ੍ਰਹਮਾ ਦੁਆਰਾ ਤੁਸੀਂ ਸਮਝਦੇ ਹੋ ਕਿ ਅਸੀਂ ਵਿਸ਼ਨੂੰਪੁਰੀ ਦੇ ਮਾਲਕ ਬਣਦੇ ਹਾਂ ਹੁਣ ਬਾਪ ਆਖਦੇ ਸਨ ਮਾਵੇਂ ਕਮ ਯਾਦ ਕਰੋ ਔਰ ਕੋਈ ਤਕਲੀਫ ਨਹੀਂ ਦਿੰਦੇ ਸਿਰਫ ਆਖਦੇ ਸਨ हे ਆਤਮਾ ਮੈਨੂੰ ਯਾਦ ਕਰੋ ਮੈਂ ਤੁਹਾਨੂੰ ਪਾਠ বাজਾਨ ਵਾਸਤੇ ਭੇਜਿਆ ਸੀ ਤੁਸੀਂ ਯਾਦ ਤੁਹਾਨੂੰ ਯਾਦ ਦਿਵਾਨਾ ਹਾਂ ਤੁਸੀਂ ਅ ਸ਼ਰੀਰੀ ਆਏ ਸੀ ਅ ਸ਼ਰੀਰੀ ਹੀ ਤੁਸੀਂ ਵਾਪਸ ਜਾਣਾ ਹੈ ਪਹਿਲਾਂ ਪਹਿਲਾਂ ਤੁਸੀਂ ਦੇਵਤਾ ਬਣਦੇ ਹੋ ਸਵਰਗ ਵਿੱਚ ਜਾਣ ਦੇ ਲਈ ਭਗਵਾਨ ਜਦੋਂ ਜਦੋਂ ਸਭ ਦਾ ਬਾਪ ਹੈਗਾ ਤੇ ਉਹੀ ਉਹ ਤਾਂ ਸਾਨੂੰ ਸੁਰਗ ਦਾ ਮਾਲਕ ਬਣਾਉਣ ਦੇ ਲਈ ਆਇੰਗੇ ਆਣਗੇ ਅਸੀਂ ਇੱਕ ਸਰੀਰ ਛੱਡ ਦੂਜਾ ਲੈਣੇ ਹਾਂ 84 ਜਨਮ ਹੁਣ ਸਾਡੇ ਪੂਰੇ ਹੁੰਦੇ ਨੇ ਹੁਣ ਇਹ ਸਾਡਾ ਅੰਤਿਮ ਜਨਮ ਏ ਆਤਮਾ ਸੱਚਾ ਸੋਨਾ ਬਣ ਜਾਵੇਗੀ ਸਤਿਉਗ ਵਿੱਚ ਸੱਚਾ ਜੇਵਰ ਸੀ ਹੁਣ ਤਾਂ ਝੁੱਠੇ ਬਣ ਪਏ ਨੇ ਹੁਣ ਫੇਰ ਤੋਂ ਤੁਸੀਂ ਗਿਆਨ ਚਿਤਾ ਤੇ ਬੰਦੇ ਹੋ ਗੋਰਾ ਬਣਦੇ ਹੋ ਸਵਾਸ਼ੋਂ ਸਵਾਸ਼ ਯਾਦ ਕਰਾਂਗੇ ਤਾ ਅਵਸਥਾ ਵੀ ਪੱਕੀ ਹੁੰਦੀ ਜਾਵੇਗੀ। ਅੱਛਾ ਮਿੱਠੇ ਮਿੱਠੇ ਸਿੱਕੇ ਲਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਜੀ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਜੀ ਨੂੰ ਦਿਲ ਅਤੇ ਜਾਨ ਸਿੱਖ ਅਤੇ ਪ੍ਰੇਮ ਨਾਲ ਨਮਸਤੇ 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 ਜੀ। ਤਾਂ ਨਾ ਦੇ ਲਈ ਮੁੱਖ ਸਾਰੇ ਸ਼ੀਰ ਸਾਗਰ ਵਿੱਚ ਜਾਣ ਦੇ ਲਈ ਇੱਕ ਬਾਪ ਨਾਲ ਸੱਚੀ ਪ੍ਰੀਤ ਰੱਖਣੀ ਹੈ ਇੱਕ ਹੀ ਅਵਿਚਾਰੀ ਯਾਦ ਵਿੱਚ ਰਹਿਣਾ ਹੈ ਔਰ ਨਾਲ ਸਾਰਿਆਂ ਨੂੰ ਇੱਕ ਬਾਪ ਜੀ ਦੀ ਯਾਦ ਦਿਵਾਣੀ ਹੈ ਵਿਨਾਸ਼ੀ ਦੰਦਾਂ ਦਾ ਨਸ਼ਾ ਨਹੀਂ ਰੱਖਣਾ ਗਿਆਨਦੰਦ ਦੇ नशे ਵਿੱਚ ਸਥਾਈ ਰਹਿਣਾ ਹੈ ਪੜਾਈ ਵਿੱਚ ਊਂਚ ਪਦ ਪਾਣਾ ਹੈ ਅੱਜ ਦਾ ਵਰਦਾਨ ਹੈਗਾ ਬਾਪ ਦੀ ਮਦਦ ਨਾਲ ਉਮੰਗ ਉਤਸ਼ਾਹ ਅਤੇ ਅਥਕਪਨ ਦਾ ਅਨੁਭਵ ਕਰਨ ਵਾਲੇ ਕਰਮ yogi ਪਵ ਬਾਪ ਦੀ ਮਦਦ ਨਾਲ ਉਮੰਗ ਉਤਸ਼ਾਹ ਅਤੇ ਅਥਕਪਨ ਦਾ ਅਨੁਭਵ ਕਰਨ ਵਾਲੇ ਕਰਮ yogi ਪਵ ਕਰਮ yogi ਬੱਚਿਆਂ ਨੂੰ ਕਰਮ ਵਿੱਚ ਬਾਪ ਦੇ ਨਾਲ ਹੋਣੇ ਦਾ ਕਾਰਨ ਐਕਸਟਰਾ ਮਦਦ ਮਿਲਦੀ ਹੈ ਕਦੇ ਵੀ ਕੰਮ ਭਲੇ ਕੋਈ ਵੀ ਹੋਵੇ ਕਿੰਨਾ ਵੀ ਮੁਸ਼ਕਿਲ ਕਿਉਂ ਨਾ ਹੋਵੇ ਲੇਕਿਨ ਬਾਪ ਦੀ ਮਦਦ ਉਮੰਗ ਉਸਾਹ ਇਮਤ ਅਥਕ ਪਨ ਦੀ ਸ਼ਕਤੀ ਦੇਣ ਵਾਲਾ ਹੈਗਾ ਤਾਂ ਕੋਈ ਵੀ ਕਾਰਜ ਸਹਿਜ ਹੋ ਜਾਂਦਾ ਹੈ ਜਿਸ ਕਾਰਜ ਵਿੱਚ ਉਮੰਗ ਉਸਾਹ ਹੁੰਦਾ ਹੈ ਉਹ ਸਫਲ ਜ਼ਰੂਰ ਹੁੰਦਾ ਹੈ ਬਾਪ ਆਪਣੇ ਹੱਥਾਂ ਤੋਂ ਕੰਮ ਨਹੀਂ ਕਰਦੇ ਲੇਕਿਨ ਮਦਦ ਦੇਣ ਦਾ ਕੰਮ ਉਹ ਹੀ ਜ਼ਰੂਰ ਕਰਦੇ ਸਨ ਤਾਂ ਆਪ ਅਤੇ ਬਾਪ ਇਹੋ ਜੀ ਕਰਮਯੋਗੀ ਸਥਿਤੀ ਹੋਵੇ ਤਾਂ ਕਦੇ ਵੀ ਥਕਾਵਟ ਫੀਲ ਨਹੀਂ ਹੋ ਸਕਦੀ ਅੱਜ ਦਾ ਸਲੋਗਨ ਹੈਗਾ ਮੇਰੇ ਹੀ ਆਕਰਸ਼ਨ ਮੇਰੇ ਵਿੱਚ ਹੀ ਆਕਰਸ਼ਨ ਹੁੰਦੀ ਏ ਐਸ ਲਈ ਮੇਰੇ ਨੂੰ ਤੇਰੇ ਵਿੱਚ ਪਰਿਵਰਤਨ ਕਰ ਦਿਓ ਮੇਰੇ ਵਿੱਚ ਹੀ ਆਕਰਸ਼ਨ ਹੁੰਦੀ ਏ ਐਸ ਲਈ ਮੇਰੇ ਨੂੰ ਤੇਰੇ ਵਿੱਚ ਪਰਿਵਰਤਨ ਕਰ ਦਿਓ ਓਮ ਸ਼ਾਂਤੀ